ਸੋ ਤੁਸੀਂ ਗੱਲ ਜੀ ਸਾਰਿਆਂ ਨੂੰ ਤੇ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਗੱਲ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੌਸਮ 17 ਅਕਤੂਬਰ ਰਾਤ ਦੀ ਕਿ ਅੱਜ ਦੇਰ ਸ਼ਾਮ ਤੋਂ ਲੈ ਕੇ ਕੱਲ ਸਵੇਰ ਪੂਰੀ ਰਾਤ ਸਮੇਂ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਅੱਜ ਰਾਤ ਨੂੰ ਕਿਹੜੇ ਇਲਾਕਿਆਂ ਦੇ ਵਿੱਚ ਮੀਂਹ ਦੇ आसार ਹੋਣਗੇ ਕਿੰਨਾ ਮੀਂਹ ਪਵੇਗਾ ਕਿਹੜੇ ਇਲਾਕੇ ਖੁਸ਼ਕ ਰਹਿਣਗੇ ਸੋ ਜਿਵੇਂ ਕਿ ਆਪਾਂ ਪਹਿਲਾਂ ਵੀ ਦੱਸਿਆ ਸੀਗਾ ਲਗਭਗ 2-3 ਦਿਨ ਪਹਿਲਾਂ ਕਿ ਜਿਹੜਾ ਸਿਸਟਮ ਹੈ ਥੋੜਾ ਜਿਹਾ ਪਹਿਲਾਂ ਦੇ ਮੁਕਾਬਲੇ ਕਮਜ਼ੋਰ ਹੋ ਚੁੱਕਿਆ ਹੈ ਤੇ ਇਸ ਦਾ ਜਿਹੜੀ ਇੰਟੈਂਸਿਟੀ ਹੈ ਮੀਂਹ ਦੀ ਮਾਤਰਾ ਉਹ ਵੀ ਪਹਿਲਾਂ ਨਾਲੋਂ ਘੱਟ ਚੁੱਕੀ ਹੈ ਅਤੇ ਪੰਜਾਬ ਦੇ ਕਈ ਇਲਾਕੇ ਅਜਿਹੇ ਹੋਣਗੇ ਜਿਨ੍ਹਾਂ ਵਿੱਚ ਮੀਂਹ ਬਿਲਕੁਲ ਬਹੁਤ ਘੱਟ ਪਵੇਗਾ ਜਾਂ ਬੂੰਦਾਬੰਦੀ ਤੱਕ ਸੀਮਿਤ ਰਹੇਗਾ। ਸੋ ਜਿਵੇਂ ਕਿ ਅੱਜ ਆਪਾਂ ਦੇਖ ਰਹੇ ਹਾਂ ਕਿ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਪੰਜਾਬ ਦੇ ਵਿੱਚ ਬੱਦਲਵਾਈ ਲਗਭਗ ਬਣੀ ਹੋਈ ਹੈ ਤੇ ਜਿਸ ਦੇ ਚੱਲਦੇ ਕਈ ਇਲਾਕਿਆਂ ਵਿੱਚ ਬੂੰਦਾਬੰਦੀ ਦਾ ਮਾਹੌਲ ਕਈ ਘੰਟਿਆਂ ਤੱਕ ਜਾਰੀ ਰਿਹਾ ਹੈ। ਕੁਝ ਇਲਾਕਿਆਂ ਵਿੱਚ ਹਲਕੇ-ਫੁਲਕੇ ਮੀਂਹ ਜਾਂ ਬੁਛਾਰਾ ਵੀ ਪਈਆਂ ਨੇ ਅਤੇ ਕੁਝ ਪੱਛਮੀ ਇਲਾਕੇ ਨੇ ਖਾਸ ਤੌਰ ਤੇ ਜਿਹੜੇ ਕਿ ਬੱਦਲਵਾਈ ਨਾਲ ਕੇਵਲ ਹਲਕੀ-ਫੁਲਕੀ ਬ ਤੇ ਹੁਣ ਜੇ ਗੱਲ ਕਰੀਏ ਆਪਾਂ ਦੇਰ ਸ਼ਾਮ ਤੋਂ ਲੈ ਕੇ ਅੱਧੀ ਰਾਤ ਤੱਕ ਪੰਜਾਬ ਦਾ ਜੋ ਮੌਸਮ ਹੈ ਉਹ ਆਪਾਂ ਨੂੰ ਪੰਜਾਬ ਦੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਬੱਦਲਵਾਈ ਜ਼ਿਆਦਾਤਰ ਦੇਖਣ ਨੂੰ ਮਿਲੂਗੀ ਜਿਦੇ ਵਿੱਚ ਅਸਾਰ ਨੇ ਕਿ ਪੰਜਾਬ ਦੇ 80 ਤੋਂ ਲੈ ਕੇ 90% ਇਲਾਕੇ ਜਿਹੇ ਹੋਣਗੇ ਜਿਹੜੇ ਕਿ ਬੱਦਲਵਾਈ ਸੰਘਣੀ ਦੇ ਹੇਠ ਕਵਰ ਰਹਣਗੇ ਅਤੇ ਹਵਾਵਾਂ ਚਲਦੀਆਂ ਰਹਣਗੀਆਂ ਜਿਨ੍ਹਾਂ ਦੀ ਗਤੀ 15 ਤੋਂ ਲੈ ਕੇ 30 ਕਿਲੋਮੀਟਰ ਤੱਕ ਹੋ ਸਕਦੀ ਹੈ ਤੇ ਮੀਂਹ ਦੇ ਹਾਲਾਤ ਲਗਭਗ ਪੰਜਾਬ ਦੇ ਵਿੱਚ ਬੂੰਦਾਬੰਦੀ ਦਾ ਮਾਹੌਲ ਹੈ ਉਹ ਪੰਜਾਬ ਦੇ 70 ਤੋਂ 80% ਇਲਾਕਿਆਂ ਵਿੱਚ ਬਣਿਆ ਰਹੇਗਾ ਜਿਹੜੀ ਕਿ ਹਲਕੀ-ਫੁਲਕੀ ਬੂੰਦਾਬੰਦੀ ਰਹੇਗੀ ਅਤੇ 30 ਤੋਂ ਲੈ ਕੇ 40% ਇਲਾਕੇ ਅਜਿਹੇ ਹੋਣਗੇ ਜਾਂ 50% ਤੱਕ ਇਹ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚ ਹਲਕੇ ਤੋਂ ਲੈ ਕੇ ਦਰਮਿਆਨੇ ਰੂਪ ਤੱਕ ਦਾ ਮੀਂਹ ਅਜ ਰਾਤ ਸਮੇਂ ਦੇਖਣ ਨੂੰ ਮਿਲ ਸਕਦਾ ਹੈ। ਇਹਨਾਂ ਦੇ ਵਿੱਚ ਜੇਕਰ ਇਲਾਕਿਆਂ ਦੀ ਗੱਲ ਕਰੀਏ ਤਾਂ ਮਾਨਸੇ ਦੇ ਇਲਾਕੇ ਹੋਗੇ, ਕੁਝ ਬਰਨਾਲੇ ਦੇ ਹੋਗੇ ਇਸ ਤੋਂ ਇਲਾਵਾ ਸੰਗਰੂਰ, ਮਲੇਰਕੋਟਲਾ, ਲੁਧਿਆਣਾ ਹੋ ਗਿਆ, ਕੁਝ ਭਾਗ ਮੋਗੇ ਜ਼ਿਲ੍ਹੇ ਦੇ ਕੁਝ ਜਲੰਧਰ ਦੇ ਕਪੂਰਸਲਾ ਦੇ ਇਲਾਕੇ ਨਵਾਂ ਸ਼ਹਿਰ ਹੋ ਗਿਆ ਹੁਸ਼ਿਆਰਪੁਰ ਦੇ ਇਲਾਕੇ ਚੰਡੀਗੜ੍ਹ ਮੋਹਾਲੀ ਐਸਵੀਐਸ ਨਗਰ ਹੋ ਗਿਆ ਤੇ ਇਸ ਤੋਂ ਇਲਾਵਾ ਪਟਿਆਲੇ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਤੱਕ ਤੇ ਲੁਧਿਆਣੇ ਜ਼ਿਲ੍ਹੇ ਦੇ ਪੂਰਬੀ ਤੇ ਕੁਝ ਮੱਧ ਲੁਧਿਆਣੇ ਦੇ ਭਾਗ ਸੋ ਇਹਨਾਂ ਇਲਾਕਿਆਂ ਦੇ ਵਿੱਚ ਅੱਜ ਦੇਰ ਸ਼ਾਮ ਤੋਂ ਲੈ ਕੇ ਕੱਲ ਸਵੇਰ ਤੱਕ ਜਾਨਕੀ ਪੂਰੀ ਰਾਤ ਸਮੇਂ ਮੀਂਹ ਦੇ ਹਾਲਾਤ ਬਣਦੇ ਹੋਏ ਨਜ਼ਰ ਆ ਸਕਦੇ ਨੇ ਇੱਕ ਦੋ ਭਾਗਾਂ ਵਿੱਚ ਹੋ ਸਕਦਾ ਹੈ ਕਿ ਦਰਮਿਆਨੋਂ ਤੋਂ ਜ਼ਿਆਦਾ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਤੇ ਜੇਕਰ ਮਾਝੇ ਖੇਤਰ ਦੀ ਗੱਲ ਕਰੀਏ ਜਿਵੇਂ ਅਮਰਸਰ ਹੋ ਗਿਆ ਗੁਰਦਾਸਪੁਰ ਨਾਲ ਲੱਗਦੇ ਤਰਨਤਨ ਸਾਹਿਬ ਦੇ ਭਾਗ ਤੇ ਇਸ ਦੇ ਨਾਲ ਦੁਆਬੇ ਦੇ ਕੁਝ ਜਲੰਧਰ ਤੇ ਕਪੂਰਥਲਾ ਦੇ ਪੱਛਮੀ ਭਾਗ ਜਿਹੜੇ ਕਿ ਅਮਰਸਰ ਤੇ ਨੇੜੇ ਪੈਂਦੇ ਨੇ ਯਾਨੀ ਕਿ ਮਾਝੇ ਖੇਤਰ ਦੇ ਤਾਂ ਉਹਨਾਂ ਦੇ ਵਿੱਚ ਵੀ ਜਿਹੜਾ ਅਜਿਹਾ ਹੀ ਮਾਹੌਲ ਆਪਾਂ ਨੂੰ ਰਾਤ ਦੇ ਸਮੇਂ ਦੇਖਣ ਨੂੰ ਮਿਲੂਗਾ ਕੁਝ ਭਾਗਾਂ ਵਿੱਚ ਹਲਕੀਆਂ-ਫੁਲਕੀਆਂ ਦਰਮਿਆਨੀ ਮੀਂਹ ਦੀਆਂ ਬੁਚਾਰਾਂ ਦੇਖਣ ਨੂੰ ਮਿਲਣਗੀਆਂ ਅਤੇ ਜਲੰਧਰ ਕਪੂਰਥਲਾ ਦੇ ਕਈ ਇਲਾਕਿਆਂ ਦੇ ਵਿੱਚ ਥੋੜਾ ਜਿਆਦਾ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਟੁੱਟਵੇਂ ਰੂਪ ਵਿੱਚ ਇਸ ਤੋਂ ਬਿਨਾ ਫਿਰੋਜ਼ਪੁਰ ਦੇ ਭਾਗ ਹੋਣਗੇ ਜਿਹੜੇ ਜ਼ਿਲ੍ਹੇ ਦੇ ਉਹਦੇ ਵਿੱਚ ਵੀ ਮੀਂਹ ਜਿਹੜਾ ਹਲਕਾ ਦਰਮਿਆਨਾ ਟਟਵੇਂ ਰੂਪ ਵਿੱਚ ਰਹੇਗਾ ਪੈਚੀ ਰੂਪ ਵਿੱਚ ਬਰਸਾਤ ਰਹੇਗੀ ਕੁਝ ਹਿੱਸਿਆਂ ਵਿੱਚ ਮੀਂਹ ਪਵੇਗਾ ਕੁਝ ਇਲਾਕੇ ਖੁਸ਼ਕ ਰਹਿਣਗੇ ਜਾਂ ਫਿਰ ਸਿਰਫ ਬੂੰਦਾਬੰਦੀ ਕੁਝ ਇਲਾਕਿਆਂ ਵਿੱਚ ਰਹੇਗੀ ਤੇ ਇਸ ਤੋਂ ਬਿਨਾ ਜਿਲੰਦ ਆਪਣੇ ਫਾਜ਼ਿਲਕਾ ਹੋ ਗਿਆ ਫਰੀਦਕੋਟ ਮੁਕਸਰ ਸਾਹਿਬ ਦੇ ਇਲਾਕੇ ਹੋਗੇ ਸੋ ਇਹ ਜਿਹੜੇ ਦੱਖਣ ਪੱਛਮੀ ਇਲਾਕੇ ਨੇ ਕੁਝ ਭਾਗ ਬਠਿੰਡੇ ਦੇ ਜੋ ਮੁਕਸਰ ਸਾਹਿਬ ਦੇ ਨੇੜੇ ਪੈਂਦੇ ਨੇ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਦੇ ਅਸਰ ਥੋੜੇ ਜਿ ਘੱਟ ਨਜ਼ਰ ਆ ਰਹੇ ਨੇ ਪਰ ਬੱਦਲਵਾਈ ਬਣੀ ਰਹੇਗੀ ਤੇ ਬੂੰਦਾਬੰਦੀ ਦਾ ਮਾਹੌਲ ਕਈ ਖੇਤਰਾਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਜਿਆਦਾ ਮੀਂਹ ਦੇ ਅਸਰ ਇਹਨਾਂ ਇਲਾਕਿਆਂ ਵਿੱਚ ਨਹੀਂ ਹੋਣਗੇ ਮੌਸਮ ਅਨੁਸਾਰ ਜਿਆਤਰ ਹਲਕੀਆਂ ਫੁਲਕੀਆਂ ਮੀਂਹੀਆਂ ਬਚਾਰਾਂ ਜਾਂ ਬੂੰਦਾਬੰਦੀ ਤੱਕ ਹੀ ਸੀਮਤ ਰਹੇਗਾ ਤੇ ਇਸ ਦੇ ਨਾਲ ਹੀ ਪੰਜਾਬ ਦੇ ਕਈ ਭਾਗਾਂ ਦੇ ਵਿੱਚ ਗਰਦ ਚਮਕ ਨਾਲ ਤੇਜ਼ ਹਵਾਵਾਂ ਮਚਲ ਸਕਦੀਆਂ ਜਿਨ੍ਹਾਂ ਦੀ ਗਤੀ 25 ਤੋਂ ਲੈ ਕੇ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੋ ਸਕਦੀ ਹੈ ਤੇ ਗੜੇਮਾਰੀ ਜੇਕਰ ਹਾਲਾਤਾਂ ਦੀ ਗੱਲ ਕਰੀ ਤਾਂ ਉਹ ਫਿਲਹਾਲ ਉਸ ਦੇ ਅਸਰ ਘੱਟ ਨਜ਼ਰ ਆ ਰਹੇ ਨੇ ਇੱਕ ਦੋ ਭਾਗਾਂ ਵਿੱਚ ਹੋ ਸਕਦਾ ਹੈ ਕਿ ਥੋੜੀ ਬਹੁਤ ਹਲਕੀ ਫੁਲਕੀ ਹੋ ਗੜੇਮਾਰੀ ਹੋ ਸਕਦੀ ਹੈ ਪਰ ਇਸ ਦੇ ਅਸਰ ਜਿਹੜੇ ਕਾਫੀ ਜ਼ਿਆਦਾ ਘੱਟ ਨਜ਼ਰ ਆ ਰਹੇ ਨੇ ਸੋ ਇਹ ਆਪਾਂ ਇੱਕ ਖਬਰ ਥੋੜੀ ਜੀ ਕਿਸਾਨਾਂ ਦੇ ਲਈ ਖਾਸ ਤੌਰ ਤੇ ਰਾਹਤ ਦੀ ਕਹਿ ਸਕਦੇ ਹਾਂ ਕਿ ਜਿਹੜਾ ਸਿਸਟਮ ਆ ਪਹਿਲਾਂ ਦੇ ਮੁਕਾਬਲੇ ਥੋੜਾ ਜਿਹਾ ਕਮਜ਼ੋਰ ਹੋਇਆ ਹੈ ਪਰ ਅੱਜ ਰਾਤ ਦਾ ਜੋ ਸਮਾਂ ਹੋਵੇਗਾ ਕੱਲ ਸਵੇਰ ਦੇ ਯਾਨੀ ਕਿ 9:00 10:00 ਵਜੇ ਤੱਕ ਦਾ ਇਹ ਲਗਭਗ ਆਪਾਂ ਨੂੰ 12 ਘੰਟਿਆਂ ਦਾ ਸਮਾਂ ਕਹਿ ਸਕਦੇ ਹਾਂ 10 ਤੋਂ 12 ਘੰਟੇ ਦਾ ਜਿਹਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਵੀ ਪੰਜਾਬ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਸਿਸਟਮ ਹੈ ਥੋੜਾ ਬਹੁਤ ਕਮਜ਼ੋਰ ਹੋਣਾ ਹੋਰ ਸ਼ੁਰੂ ਹੋ ਜਾਵੇਗਾ ਤੇ ਜਿਸ ਦੀ ਅਪਡੇਟ ਆਪਾਂ ਕੱਲ ਦੀ ਵੀਡੀਓ ਵਿੱਚ ਲੈ ਕੇ ਹਾਜ਼ਰ ਹੋਵਾਂਗੇ